ਛਪਾਲੇ ਕਮਲੀ ਦੇ ਭੁੱਖੇ ਤਰੇ ਦਾ ਬੰਡਾ ਲੈ ਕਮਲੀ ਦੇ ਮੇਰੇ ਐਪ ਛਪਾਲੇ ਕਮਲੀ ਦੇ ਭੁੱਖੇ ਤਰੇ ਦਾ ਬੰਡਾ ਲੈ ਕਮਲੀ ਦੇ ਮਾਰੇ ਰੱਖ ਲੈ ਦਰਦ ਆਈ ਦਾ ਰੱਖ ਲੈ ਦਰਦ ਆਈ ਦਾ ਮੈਂ ਪੱਲਾ ਫੜ ਲਿਆ ਸੋਹਣੇ ਮਾਜੀ ਦਾ ਮੈਂ ਪੱਲਾ ਫੜ ਲਿਆ ਸੋਹਣੇ ਮਾਜੀ ਦਾ ਮੈਂ ਪੱਲਾ ਫੜ ਲਿਆ ਸੋਹਣੇ ਮਾਜੀ ਦਾ ਹੋਇਆ
ਮੇਰਾ ਵੀਰ ਹੈ, ਪਤਾ ਨਹੀਂ ਵੱਡਾ ਪਤਾ ਨਹੀਂ ਛੋਟਾ, ਪਰ ਮੈਨੂੰ ਇੱਦਾਂ ਲੱਗਦਾ ਕਿ ਅਸੀਂ ਹਮ ਉਮਰ ਹੀ ਹਾਂ। ਥੈਂਕ ਯੂ, ਸਹਿਤ ਬਹੁਤ ਧੰਨਵਾਦੀ ਹਾਂ ਸਾਰਿਆਂ ਨੂੰ। ਮੈਂ ਢੇਰ ਸਾਰੀਆਂ ਮੁਬਾਰਕਾਂ ਦੇਵਾਂਗਾ। ਅੱਜ ਅਸੀਂ ਵੱਡ ਵਡੇਰਿਆਂ ਦੇ ਪਾਵਨ ਦਰਬਾਰ 'ਤੇ ਬੈਠੇ ਹਾਂ। ਸਿਆਣੇ ਲੋਕ ਅਕਸਰ ਜ਼ਿਕਰ ਕਰਿਆ ਕਰਦੇ ਆ, ਜਦੋਂ ਕਹਿੰਦੇ ਕਿਸੇ ਇਨਸਾਨ ਦਾ ਕੋਈ ਕੰਮ ਨਾ ਸੈੱਟ ਆਵੇ ਘਰ ਦੇ ਵਿੱਚ, ਥੋੜ੍ਹੀਆਂ ਤੰਗੀਆਂ ਫੰਗੀਆਂ ਹੋਣ, ਸਿਆਣੇ ਲੋਕ ਇਹ ਜ਼ਿਕਰ ਕਰਦੇ ਆ ਕਿ ਜਦੋਂ ਕਿਸੇ ਬੰਦੇ ਦਾ ਕੋਈ ਕੰਮ ਨਾ ਸੈੱਟ ਆਵੇ ਘਰ ਦੇ ਵਿੱਚ, ਤੰਗੀਆਂ ਫੰਗੀਆਂ ਹੋਣ, ਤਾਂ ਸਿਆਣਾ ਬਜ਼ੁਰਗ ਬੈਠਾ ਕਹਿ ਦਿੰਦਾ ਉਹ ਕਿਤੇ ਜਠੇਰਿਆਂ ਦੇ ਮੱਥਾ ਟੇਕਿਆ, ਉਹ ਕਿਤੇ ਬਜ਼ੁਰਗਾਂ ਦੀ ਭੋਲੀ ਨਾ ਹੋਵੇ, ਕਿਉਂਕਿ ਅੱਜ ਭੁੱਲਾ ਬਖਸ਼ਾਉਣ ਆਏ ਇਹ ਪਾਵਨ ਦਰਬਾਰ, ਕਿਉਂਕਿ ਅਕਸਰ ਇਸ ਦਰਬਾਰ ਦੇ ਅੱਗੇ ਦੀ ਲੰਘਣ ਦਾ ਮੌਕਾ ਮਿਲਦਾ ਹੈ। ਇਹ ਪਾਵਨ ਦਰਬਾਰ ਬਾਬਾ ਰਾਣਾ ਭਾਣਾ ਜੀ ਜਿਨ੍ਹਾਂ ਦੇ ਪਾਵਨ ਦਰਬਾਰ 'ਤੇ ਆਪਾਂ ਵਿਰਾਜਮਾਨ ਬੈਠੇ ਹਾਂ, ਕੈਲੇ ਪਰਿਵਾਰ ਦੇ ਜਠੇਰੇ ਆ ਜੀ, ਅਤੇ ਸਮੂਹ ਕੈਲੇ ਪਰਿਵਾਰ ਨੂੰ ਮੈਂ ਢੇਰ ਸਾਰੀਆਂ ਮੁਬਾਰਕਾਂ ਦੇਵਾਂਗਾ, ਵੱਡ ਵਡੇਰਿਆਂ ਦੇ ਮੇਲੇ ਦੀਆਂ ਢੇਰ ਸਾਰੀਆਂ ਮੁਬਾਰਕਾਂ। ਅਤੇ ਮੁਬਾਰਕਬਾਦ ਹੈ ਜੀ ਸਮੂਹ ਪ੍ਰਬੰਧਕ ਕਮੇਟੀ ਨੂੰ, ਅਤੇ ਮੈਂ ਇੱਕ ਆਪਣੇ ਵੱਲੋਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਰੇਸ਼ਮਪਾਲ ਜੀ ਜਿਨ੍ਹਾਂ ਦੇ ਬਤੌਰ 'ਤੇ ਤੁਹਾਡੇ ਸਨਮੁੱਖ ਹੋਏ, ਸਾਡੇ ਬਹੁਤ ਸਤਿਕਾਰ ਹੋ ਗਿਆ। ਬਾਕੀ ਜੀ ਜੇ ਕੈਲੀ ਪਰਿਵਾਰ ਦੀ ਗੱਲ ਕਰਾਂ ਤਾਂ ਮੇਰੇ ਪਿੰਡ ਤੋਂ ਵੀ ਬਹੁਤ ਪਹੁੰਚੇ ਆ, ਬਾਲਾ ਭਾਜੀ ਆ, ਕੈਲੀ ਪਿੰਡ ਹੁਸ ਵਾਲੇ ਆ, ਰਵੀ ਬਾਈ ਜੀ ਆ, ਜਿਨ੍ਹਾਂ ਵੀ ਕੈਲਾ ਪਰਿਵਾਰ ਹੈ ਸਾਰਿਆਂ ਦੇ ਮੈਂ ਸ਼ੁਕਰ ਗੁਜ਼ਾਰ ਹਾਂ। ਕਿਉਂਕਿ ਮੇਰੀ ਨਗਰੀ ਸਿੱਧੂ ਸਿੱਧਵਾਂ ਵਾਲਾ ਮੇਰੇ ਬਾਰੇ ਪਹਿਲੇ ਜ਼ਿਕਰ ਕਰ ਦਿੱਤਾ ਮੇਰੇ ਵੱਡੇ ਵੀਰ ਨੇ, ਕਿਉਂਕਿ ਐਜ ਏ ਰਾਈਟਰ ਮੇਰੇ ਲਿਖੇ ਹੋਏ ਬਹੁਤ ਸਾਰੇ ਗੀਤਾਂ ਨੂੰ ਤੁਸੀਂ ਪਿਆਰ ਦਿੱਤਾ। ਇਹ ਗੀਤ ਆਇਆ ਸੀ ਕਿ ਅਸੀਂ ਭੁੱਲ ਕੇ ਦੁਨੀਆਦਾਰੀ ਨੂੰ, ਉਹਦੀ ਯਾਦ 'ਚ ਕਿੰਨਾ ਖੋ ਗਏ ਹਾਂ, ਜਿਸ ਦਿਨ ਦੀ ਕਮਲੀ ਦੂਰ ਹੋਈ ਉਸ ਦਿਨ ਤੋਂ ਕਮਲੇ ਹੋ ਗਏ। ਉਸ ਗੀਤ ਦੇ ਨਾਲ ਪੰਜਾਬੀ ਮਾਂ ਬੋਲੀ ਦੇ ਵਿਹੜੇ ਵਿੱਚ ਸ਼ੁਰੂਆਤ ਕੀਤੀ ਸੀ ਪੰਜਾਬੀ ਗੀਤਕਾਰੀ। ਉਸ ਤੋਂ ਬਾਅਦ ਹਰਦੀਪ ਟੀਮੇ ਨੇ ਗੀਤ ਗਾਇਆ ਸੀ ਜਿਹੜੇ ਰਾਹ ਸਾਡਾ ਨਿੱਤ ਤੱਕਦੇ ਸੀ, ਹੁਣ ਦੇਖ ਕੇ ਬੋਹੇ ਟੋਲੇ ਦੇ, ਉਸ ਗੀਤ ਨੂੰ ਬੜਾ ਮੋਹੇ ਪਿਆਰ ਮਿਲਿਆ। ਪਹਿਲਾ ਸਾਹਿਬ ਥੈਂਕ ਯੂ, ਪਹਿਲਾ ਟੈਂਟ ਵੱਡ ਵਡੇਰਿਆਂ ਨੂੰ ਮਨਾਉਣ ਆਇਆ, ਪਲੀਜ਼ ਥੋੜ੍ਹੇ ਜਿਹਾ ਅੱਗੇ ਨੂੰ ਆ ਜਾਓ, ਜਿੰਨੇ ਵੀ ਮਨਾਉਣ ਆਏ ਥੋੜ੍ਹਾ ਥੋੜ੍ਹਾ ਅੱਗੇ ਨੂੰ ਆ ਜਾਓ ਇਮਾਨਦਾਰੀ ਦੇ ਨਾਲ, ਜਿਹੜੇ ਮੇਰੇ ਸੁੱਖ ਮੰਗਣੀ ਤਾਂ ਮੰਗੋ ਸਾਰੀ ਦੁਨੀਆਂ ਦੀ, ਸੁੱਖ ਮੰਗਣੀ ਤਾਂ ਮੰਗੋ ਸਾਰੀ ਦੁਨੀਆਂ ਦੀ, ਸੁੱਖਾਂ ਦੇ ਨਾਲ ਦੁੱਖ ਟਾਵਾਂ ਟਾਵਾਂ ਮੰਗੀਏ, ਆਓ ਸਭ ਲਈ ਦਵਾਵਾਂ ਮੰਗੀਏ। ਇਹਨਾਂ ਬੋਲਾਂ ਦੇ ਨਾਲ ਮੰਚ ਤੇ ਸਦਾ ਦੇਣ ਜਾ ਰਿਹਾ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਤੁਹਾਡੀ ਆਪਣੀ ਆਵਾਜ਼ ਜਨਾਬ ਰਕੇਸ਼ ਰਣਰੀ ਸਰੋਤਿਆਂ ਨੂੰ ਉਹੀ ਕਲਾਕਾਰ ਕੀਲ ਸਕਦਾ ਹੈ ਜਿਹਦੀ ਪਿਆਰੀ ਤੇ ਮਿੱਠੀ ਦੀ ਆਵਾਜ਼ ਹੋਵੇ, ਪਿਆਰੀ ਤੇ ਮਿੱਠੀ ਦੀ ਆਵਾਜ਼ ਦਾ ਸਮੇਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਤੁਹਾਡੀ ਆਪਣੀ ਆਵਾਜ਼ ਜਨਾਬ ਰਕੇਸ਼ ਰਾਣਾ ਜੀ। ਸਭ ਤੋਂ ਪਹਿਲਾਂ ਮੇਰੇ ਵੱਲੋਂ ਔਰ ਸਾਡੇ ਪੂਰੇ ਸੰਗੀਤ ਪਰਿਵਾਰ ਵੱਲੋਂ ਅੱਜ ਦੇ ਇਸ ਮੇਲੇ ਦੀਆਂ ਸਾਰੀ ਸੰਗਤ ਨੂੰ, ਸਾਰੇ ਕੈਲੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਜੀ। ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕੈਲੇ ਪਰਿਵਾਰ ਦਾ ਔਰ ਰੇਸ਼ਮਪਾਲ ਜੀ ਨੂਰ ਮਹਿਲ ਵਾਲੇ ਜਿਨ੍ਹਾਂ ਦੇ ਪਿਆਰ ਸਦਕਾ ਮੇਰੇ ਵਰਗੇ ਨਾਚ ਚੀਜ਼ ਨੂੰ ਪੂਰੇ ਕੈਲੇ ਪਰਿਵਾਰ ਦੇ ਜੋੜਿਆਂ ਨੇ ਸੇਵਾ ਕਰਨ ਦਾ ਮੌਕਾ ਬਖਸ਼ਿਆ।
ਆਪਾਂ ਬੜੇ ਭਾਗਾਂ ਵਾਲੇ ਹਾਂ, ਬੜੇ ਕਰਮਾਂ ਵਾਲੇ ਹਾਂ ਕਿ ਆਪਾਂ ਆਪਣੇ ਵੱਡ ਵਡੇਰਿਆਂ ਨੂੰ ਯਾਦ ਕਰ ਰਹੇ ਹਾਂ ਜੀ। ਵਡੇਰਿਆਂ ਨੂੰ ਇੱਕ ਕੋਈ ਨਾ ਸਾਡਾ ਮਾਲਕ ਏ ਰਾਣੇ ਨੇ ਕੀਤੀਆਂ। ਇੱਕ ਬੜੀ ਮਾਣ ਵਾਲੀ ਗੱਲ ਹੈ ਸਾਡੇ ਕੌਮ ਲਈ, ਸਾਡੇ ਸਮਾਜ ਲਈ ਕਿ ਪਾਕਿਸਤਾਨ ਦੀ ਨਸੀਬੋ ਲਾਲ, ਪਾਕਿਸਤਾਨ ਦੀ ਆਰਟਿਸਟ ਨਸੀਬੋ ਲਾਲ ਜਿਹੜੀ ਹਿੰਦੀ ਫਿਲਮਾਂ ਦੇ ਵਿੱਚ ਗਾਉਂਦੀ ਹੈ, ਜਿਹੜੀ ਪਾਕਿਸਤਾਨ ਦੇ ਵਿੱਚ ਸੁਪਰ ਡੁਪਰ ਹਿੱਟ ਆ, ਪਹਿਲੀ ਵਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਉਹਨਾਂ ਤੋਂ ਵੀ ਭਾਜੀ ਹੁਣ ਰਿਕਾਰਡ ਕਰਾਇਆ, ਬੜੀ ਮਾਣ ਵਾਲੀ ਗੱਲ ਹੈ ਸਾਡੇ ਲਈ। ਅਤੇ ਬਾਕੀ ਜਿੰਨੀ ਵੀ ਸੰਗਤ ਆਈ ਹੈ ਸਾਰਿਆਂ ਦੇ ਮੈਂ ਸ਼ੁਕਰ ਗੁਜ਼ਾਰ ਹਾਂ, ਫਰਮਾਇਸ਼ ਹੋਈ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਦੇ। ਕਹਿੰਦੇ ਕਿ ਸਾਡਾ ਤਨ ਮਨ ਇਹਨਾਂ ਸਾੜਿਆ ਏ, ਠੰਡ ਮਿਲੀ ਨਾ ਬਹੁਤੇ ਮਾਂ ਕੋਲੋਂ। ਸਾਡਾ ਤਨ ਮਨ ਇਹਨਾਂ ਸਾੜਿਆ ਏ, ਠੰਡ ਮਿਲੀ ਨਾ ਬਹੁਤੇ ਮਾਂ ਕੋਲੋਂ। ਪੰਜਾਬ ਦੀਆਂ ਚਿੜੀਆਂ ਵੀ ਹੋਈਆਂ ਬਾਗੀ, ਪੰਜਾਬ ਦੀਆਂ ਚਿੜੀਆਂ ਵੀ। ਮੈਂ ਬੇਨਤੀ ਪਹਿਲਾਂ ਵੀ ਕੀਤੀ ਹੈ, ਜੇ ਇਮਾਨਦਾਰੀ ਨਾਲ ਸੰਗਤ ਥੋੜ੍ਹੀ ਜਿਹੀ ਅੱਗੇ ਨੂੰ ਆ ਕੇ ਬੈਠ ਜਾਓ ਅਤੇ ਮਜ਼ਾ ਹੋਰ ਵੀ ਆਵੇਗਾ। ਜਿੰਨੀ ਵੀ ਸੰਗਤ ਬੈਠੀ ਆ, ਪਲੀਜ਼ ਥੋੜ੍ਹਾ ਥੋੜ੍ਹਾ ਅੱਗੇ ਨੂੰ ਆ ਜਾਓ ਇਮਾਨਦਾਰੀ ਦੇ ਨਾਲ, ਕਿਉਂਕਿ ਹੁਣ ਤੁਸੀਂ ਤਾਂ ਡਰੀ ਜਾਂਦੇ ਜਾਂਦੇ ਜਿੱਦਾਂ ਕਿ ਦਵਾ ਛਿੜਕੀ ਹੁੰਦੀ ਹੈ ਕਿ ਨਹੀਂ ਮਹਾਰਾਜ ਇੱਥੇ ਨਹੀਂ ਬਹਿਣਾ, ਅੱਗੇ ਅੱਗੇ ਨੂੰ ਆ ਜਾਓ। ਕਿਉਂਕਿ ਅੱਜ ਇੱਦਾਂ ਦੇਖੋ ਸਾਡੀਆਂ ਭੈਣਾਂ ਕਿੰਨੀਆਂ ਖੂਬਸੂਰਤ ਤਰੀਕੇ ਦੇ ਨਾਲ ਬੈਠੀਆਂ ਹੈ ਨਾ। ਤੁਸੀਂ ਬਾਈ ਜੀ ਡਰੀ ਜਾ ਰਹੇ ਹੋ,
आ जाओ भाजी। हाँ संगत में बेनती करा प्लीज नूर महल वाले आ जाओ अगे आ जाओ। श्री गुरु रविदास इन्हें अपकार श्री गुरु रविदास ने बाकी जी उन्होंने अपकारा का मुल नहीं मोड़ सकते उन्होंने की कुर्बानी उन्होंने किते जिहड़े काम है वह कदे आप भुला नहीं सकते। सतगुरु रविदास महाराज मैं तो अक्सर यह गल कहना हूं ना पूछना सी हाल किसी का ना पूछना सी हाल किसी ने सब ने बूहा ढो लेना सी सितमा वरिया रविदास गुरु जी बाणी के टिकवा ना लग दे ये लोगों ने भी साढ़े तो खो लेना सी ये लोगों ने भी साढ़े तो खो लेना सी ये साढ़े लिए माण वाली गल है। तुसीं महाराज अज जठेरियां ते बैठे हो तो बड़ी दूर दूर बैठ रहे हो चंगा नहीं लग रहा मीन थोड़ा सा लागे नो आ फिर सतगुरु रविदास महाराज की गल करते हैं कि बड़े प्यारे जे शब्द ना तुहाडी सेवा दे विच हाजिर मेरे वीर राकेश राणा जी रविदास तन तेरी कुर्बानी दिल तां मेरी पादा तू बाणिया सुहाणिया सारा कुछ ही कह गया मेरे जोगा भी छड़ जांदा हजे बड़ा लंबा संघर्ष चलना है। तो जी रंग की गल करना सी रंग वाके रब दे दो है पर बकरी गल अजकल चिट्टे की भरमार है पर हुण तां घर दे वी कहिंदे मर जा चिट्टा छड्ड के काले नूं फड़ लिया अजकल काले की डिमांड वधी है। सो जी सारिया रस्मां नूं पूरे करिए काले दे बदता जांदा है अज उत्थे धीआं भी किसे तों घट नहीं क्यों अक्सर मैं गल किया करदा कहिंदे पुत बनाउण जमीना धीआं दुख वडाउंदियां ने जिहदे चार पुत्र हुंदे आ अज दा समाज सारिआं नूं पता है पता नहीं साड़ी जवानी किहड़े लेखे लगी हुई है कोई चिट्टे ना जुड़िया कोई काले ना जुड़िया कोई नीले ना जुड़िया कोई भूरे ना जुड़िया है। तो मेरे पिंड दीआं कुड़ियां ने असी बाग तरे दीआं चिड़ियां बाबला उड़ जाणा हर पल खैर मनावण जो बाबल दे बेड़े दी धीआं अते तरीकां हुंदियां रौनक वेड़े दी। सो इस परिवार का कहड़े परिवार एंकर की जॉब भी इदां दी है और जी सो करी जोरदार स्वागत करिए इस प्यारी जी धी का मनप्रीत कहना जी क्या
सलाना मेला मना रहे हैं जिन्हों दरबार के
ਵਿੱਚੋਂ ਪੁੱਤਰਾਂ ਦੀਆਂ ਦਾਤਾਂ ਧੀਆਂ ਦੀਆਂ ਦਾਤਾਂ ਪੈਦਾ ਹੋਈਆਂ ਜਿਹਨਾਂ ਨੂੰ ਧੀਆਂ ਤੇ ਪੁੱਤਰਾਂ ਦੀਆਂ ਦਾਤਾਂ ਪ੍ਰਾਪਤ ਹੋਈਆਂ ਉਹ ਸਾਰੇ ਮਾਪੇ ਸਟੇਜ ਦੇ ਲਾਗੇ ਆਉਣ ਦੀ ਕਿਰਪਾ ਕਰੋ ਅੱਗੇ ਨਵੀਆਂ ਵਿਆਹੀਆਂ ਜੋੜੀਆਂ ਦਰਬਾਰ ਦੇ ਉੱਤੇ ਆ ਕੇ ਸਾਜਾ ਸਲਾਮ ਕਰਦੀਆਂ ਨੇ ਸੋ ਇਸ ਤਰ੍ਹਾਂ ਕਰਿਆ ਕਰੋ ਕਿ ਆਪਣੇ ਜਠੇੜਿਆਂ ਨੂੰ ਮਨਾਉਣ ਵਾਸਤੇ ਆਪਣੇ ਬਜ਼ੁਰਗਾਂ ਨੂੰ ਮਨਾਉਣ ਵਾਸਤੇ ਮਾਫੀ ਚਾਹੂੰਗਾ ਉਸਤਾਦ ਜੀ ਉਸਤਾਦਾਂ ਦੇ ਕੋਲੋਂ ਮਾਈਕ ਫੜਨਾ ਮੇਰੀ ਵੈਸੇ ਇੰਨੀ ਹਿੰਮਤ ਨਹੀਂ ਹੈ ਪਰ ਇੱਕ ਮੈਂ ਬੇਨਤੀ ਕਰਨੀ ਭੁੱਲ ਗਿਆ ਸੀਗਾ ਜੀ ਇੱਕ ਮੋਬਾਈਲ ਫੋਨ ਗੁੰਮ ਹੋ ਗਿਆ ਇਹ ਉਹ ਜਾਣਦਾ ਚੱਕਣ ਵਾਲਾ ਬਈ ਉਹਨੇ ਚੱਕਿਆ ਕਿ ਕੱਢਿਆ ਸਾਡੀ ਇੱਕ ਭੈਣ ਦੇ ਪਰਸ ਦੇ ਵਿੱਚੋਂ ਮੋਬਾਈਲ ਗੁੰਮ ਹੋਇਆ ਹੈ ਕੁਛ ਪੈਸੇ ਕੁਛ ਨਕਦੀ ਗੁੰਮ ਹੋਈ ਹੈ ਇਹ ਉਹ ਸ਼ਖਸ ਜਾਣਦਾ ਵੀ ਉਹਨੇ ਥੱਲੇ ਡਿੱਗਿਆ ਚੁੱਕਿਆ ਕਿ ਪਰਸ ਦੇ ਵਿੱਚੋਂ ਕੱਢਿਆ ਪਰ ਜੇ ਆਪਾਂ ਇਹਦਾ ਦਰਬਾਰ ਤੇ ਆ ਕੇ ਰੋਵਾਂ ਤੇ ਆਉਣ ਜਾਣ ਲਈ ਕੋਲ ਇੱਕ ਕਾਰ ਹੋਵੇ ਕੋਲ ਹੋਰ ਭੰਡਾਰ ਖਜ਼ਾਨਿਆਂ ਦੇ ਤੇ ਨੌਕਰ ਸੇਵਾ ਦੇ ਲਈ ਤਿਆਰ ਹੋਵੇ ਦੁੱਖ ਸੁੱਖ ਦਾ ਸਾਂਝੀ ਇੱਕ ਹੋਵੇ ਸਾਥੀ ਜੋੜੀ ਪੁੱਤਰਾਂ ਦੀ ਆਗਿਆ ਕਾਰ ਹੋਵੇ ਸੁੱਖੀ ਨਹੀਂ ਨਿਆਮਤਾ ਸਭ ਉਹਨੂੰ ਜਿਹੜਾ ਵੱਡੇ ਵਡੇਰਿਆਂ ਦੇ ਨਾਲ ਪਿਆਰ ਹੋਵੇ ਜਿਹੜਾ ਬਜ਼ੁਰਗਾਂ ਦੇ ਨਾਲ ਪਿਆਰ ਹੋਵੇ ਜਾਂਦੀ ਹੈ ਤੀਜਾ ਬੇੜਾ ਜੇ ਕੋਈ ਲਾ ਕੇ ਸੁੱਤਾ ਪਿਆ ਤਾਂ ਖੜਾਕਾ ਸੁਣ ਕੇ ਜਾਗ ਪੈਂਦਾ ਇਸ ਕਰਕੇ ਤਾੜੀ ਲਾ ਦਿਆ ਕਰੋ ਹਾਲੇ ਜਿਹੜੇ ਤਾੜੀ ਨਹੀਂ ਲਾਈ ਉਹਨਾਂ ਦੇ ਕੋਲੋਂ ਮੈਂ ਤਾੜੀ ਹੁਣ ਫੇਰ ਲਵਾਉਣ ਲੱਗਿਆ ਪਿਛਲਾ ਜਿਹੜਾ ਗਰੁੱਪ ਆ ਬੀਬੀਆਂ ਬੈਠੀਆਂ ਬੇਨਤੀ ਕਰਦਾ ਵੀ ਜਿਹਨੇ ਤਾੜੀ ਨਾ ਲਾਈ ਉਹਨੂੰ ਕੱਲ ਨੂੰ ਰਾਤ ਨੂੰ 12:30 ਇੱਧਰ ਭਾਈ ਸਾਹਿਬ ਬੈਠੇ ਪਿਛਲੇ ਬਾਲਕੋਨੀ ਵਾਲੇ ਜਿਹਨੇ ਤਾੜੀ ਨਾ ਲਾਈ ਉਹਨੂੰ ਕੱਲ ਨੂੰ ਰਾਤ ਨੂੰ 12:30 ਕਮੇਟੀ ਵਾਲੇ ਤੁਸੀਂ ਵੀ ਸੁਣ ਲਓ ਜਿਹਨੇ ਤਾੜੀ ਨਾ ਲਾਈ ਉਹਨੂੰ ਕੱਲ ਨੂੰ ਰਾਤ ਨੂੰ 12:30 ਕਿਸੇ ਨੂੰ ਕੁਛ ਨਹੀਂ ਹੋਣਾ ਤਾੜੀ ਲਾ ਦਿਓ ਕਮੇਟੀ ਵਾਲੇ ਨੇ ਗਲਤੀ ਕੀਤੀ ਆ ਪਾਣੀ ਵਾਲੇ ਪੱਖੇ ਤੁਹਾਨੂੰ ਲਾ ਤੇ ਆ
ਹੁਣ ਤੁਹਾਡਾ ਇੱਥੋਂ ਪੁੱਛਣ ਨੂੰ ਜਿੱਤ ਨਹੀਂ ਕਰਦਾ। ਜੇ ਪੱਖੇ ਪਾਣੀ ਵਾਲੇ ਨਾ ਹੁੰਦੇ ਗਰਮੀ ਲੱਗਣੀ ਸੀ, ਤੇ ਕੋਈ ਨੀ ਤਿਆਰ ਨਾ ਬੈਠੋ, ਠੀਕ ਹੈ। ਆ ਜਿੰਦਾ ਰਹਿ ਪੁੱਤਰ, ਬਹੁਤ ਸਾਰਾ ਮਾਣ ਮੇਰੇ ਘਰੋਂ ਹੀ ਆਇਆ ਸੀ। ਹਾਂਜੀ ਪੈਰ ਵੀ ਪਹਿਲੇ ਤੋਂ ਜੀ ਭਾਈਆ, ਤਬਲੇ ਵਾਲਾ ਮੁੰਡਾ ਤੇ ਕੀਬੋਰਡ ਵਾਲਾ, ਉਹਨੂੰ ਬੇਨਤੀ ਕਰਦੇ ਆ ਜਾਓ। ਅਸੀਂ ਪਹਿਲਾਂ ਗੱਲ ਕੀਤੀ ਸੀ ਸਾਡੇ ਸੈਕਟਰੀ ਸਾਹਿਬ ਨੇ ਕਿ ਮਜੀਸ਼ੀਅਨਾਂ ਨੇ ਸਾਰਿਆਂ ਨਾਲੇ ਵਜਾਉਣਾ, ਤੁਸੀਂ ਹੁਣ ਮੇਰੇ ਨਾਲ ਉੱਤਰ ਗਏ ਹੋ ਤਾਂ ਫਿਰ ਕੀ ਕਰੋਗੇ? ਆ ਜਾਓ ਵੀਰ, ਰੋਟੀ ਖਾ ਲਈ ਹੈ। ਕਿਸੇ ਸ਼ਹਿਰ ਦੀ ਗੱਲ ਕਰਾਂ ਤੇ ਫਿਰ ਭਾਰਤ ਦਾ ਸ਼ਹਿਰ ਮਦਰਾਸ ਵੱਡਾ, ਜੇ ਮੈਂ ਪਰਬਤਾਂ ਚੋਂ ਪਰਬਤ ਕਹਿਣ ਲੱਗਾ ਤੇ ਫਿਰ ਪਰਬਤ ਸਮੇਰ ਕੈਲਾਸ ਵੱਡਾ, ਤੇ ਮੈਂ ਪਹਾੜਾਂ ਦੀ ਗੱਲ ਕਰਾਂ ਤੇ ਉਹ ਪਹਾੜ ਵੱਡਾ ਜਿੱਥੇ ਸ਼ਿਵਜੀ ਮਹਾਰਾਜ ਬੈਠ ਕੇ ਭਗਤੀ ਕਰਿਆ ਕਰਦੇ ਸਨ। ਆਹਾ ਛੋਟੀਆਂ ਭੈਣਾਂ ਧੀਆਂ ਸਾਡੀਆਂ, ਬਹੁਤ ਸਾਰਾ ਮਾਣ ਭੁਲੇਖੇ ਤੋਂ ਭਾਗ ਲੱਗ ਰਿਹਾ। ਜੇ ਮੈਂ ਕਵੀਆਂ ਚੋਂ, ਹੋ ਜੇ ਮੈਂ ਕਵੀਆਂ ਚੋਂ ਕਿਸੇ ਕਵੀ ਦੀ ਸਿਫਤ ਕਰਾਂ ਤੇ ਫਿਰ ਕਵੀਆਂ ਵਿੱਚ ਭਾਈ ਕੋ ਆਪਣੇ ਗੁਰੂ ਦੇ ਨਾਂ ਤੇ ਤਾੜੀ ਲਾ ਲਓ, ਗੁਰੂ ਗ੍ਰੰਥ ਸਾਹਿਬ ਖੋਲ ਕੇ ਦੇਖ ਲਓ, ਸਭ ਤੋਂ ਵੱਧ ਬਾਣੀ ਗੁਰੂ ਰਵਿਦਾਸ ਮਹਾਰਾਜ ਜੀ। ਵੇਲੇ ਦੀ ਗੱਲ ਕਰ ਲੱਗਾ ਰਾਣੇ ਭਾਣੇ ਸਰਕਾਰ, ਬਈ ਤਬਲੇ ਵਾਲੇ ਨੂੰ ਬੇਨਤੀ ਕਰਦੇ ਆ, ਤਬਲੇ ਵਾਲਾ ਸਕਰੀਨ ਤੇ ਆ ਜਾਵੇ। ਹੈਲੋ ਉਹ ਦੂਰ ਦੂਰ ਤੋਂ ਸੰਗਤ ਆਵੇ, ਮੇਰੀਆਂ ਭੈਣਾਂ 100 ਰੁਪਏ ਹੋਰ। ਹਾਂ ਪਿੰਡ ਸਿੱਧਵਾ ਤੋਂ ਹੰਸਰਾਜ ਜੀ 101 ਰੁਪਈਆ ਮਾਨ ਭੇਜਿਆ, 101 ਰੁਪਈਆ ਹੋਰ ਸਾਡੇ ਸਾਥੀ
ਸਾਡੇ ਕੈਲੇ ਪਰਿਵਾਰ ਬਜਾਲਾ ਉਹਨਾਂ ਨੇ 101 ਰੁਪਈਆ ਮਾਨ ਭੇਜਿਆ ਸਾਡੇ ਮੇਰੀ ਤੋਂ ¡Gracias!
ਚਿੱਟਾ ਚਿੱਟਾ ਸਫੈਦ ਆ ਹੁੰਦੀ ਏ ਮਾਂ ਜੇ ਮਾਂ ਨਾ ਹੁੰਦੀ ਤੇ ਕੁਛ ਨਹੀਂ ਸੀ ਹੋਣਾ ਮੇਰੇ ਉਸਤਾਦ ਜੀ ਜਨਾਬ ਕੁਲਦੀਪ ਮਾਨ ਸਾਹਿਬ ਦਾ ਗੀਤ ਉਹ ਤੋਂ ਪਹਿਲਾਂ ਮੈਂ ਧੀਆਂ ਦੀ ਗੱਲ ਕਰਨ ਲੱਗਾ ਮੇਰੀਆਂ ਧੀਆਂ ਬਹੁਤ ਸਾਰੀਆਂ ਮੇਲੇ 'ਚ ਬੈਠੀਆਂ ਨੇ ਜਦੋਂ ਮੁੰਡਾ ਜੰਮਦਾ ਤੇ ਲੱਖਾਂ ਕਰੋੜਾਂ ਖਰਚ ਦਿੰਦੇ ਪਾਰਟੀਆਂ ਤੇ ਜਦੋਂ ਕੁੜੀ ਜੰਮ ਪੈਂਦੀਆਂ ਤੇ ਗੁੜ ਵੀ ਨਹੀਂ ਵੰਡਦੇ ਲੋਕੀ ਜਦੋਂ ਕਿ ਧੀਆਂ ਦਾ ਕਿੱਡਾ ਵੱਡਾ ਸਹਿਯੋਗ ਹੁੰਦਾ ਗੌਰ ਕਰਨਾ ਹਾਂਜੀ ਦੂਜਾ ਸਰ ਉਹ ਹੋਇਆ ਕੀ ਜੇ ਕਮੇਟੀ ਵਾਲਿਓ ਮੇਰੇ ਦੋਸਤਾਂ ਦੀ ਫਰਮਾਇਸ਼ ਹੈ ਬਾਹਰੋਂ ਖੜਿਆਂ ਨੇ ਬਹੁਤ ਵਾਰੀ ਕੀਤੀ ਹੈ ਹੋਇਆ ਕੀ ਜੇ ਉਹ ਕੁੜੀ ਜੰਮ ਪਈ ਬਹੁਤ ਮਹਿੰਗੀ ਸਾਉਂਡ ਆ ਤੇਰੀ ਸਮਾਜ ਨੂੰ ਵਧਾਉਂਦੀਆਂ ਨੇ ਜੇ ਧਰਤੀ ਹੋਊਗੀ ਤਾਂ ਤਾਹੀਓ ਫਸਲ ਖਰੀਦੀ ਜਾਂਦੀ ਹੈ ਤੇ ਤਾਹੀਓ ਸਾਨੂੰ ਖਾਣ ਪੀਣ ਨੂੰ ਕੁਝ ਮਿਲਦਾ ਹੈ ਤਾਂ ਅਗਲੀ ਗੱਲ
ਰਹਿੰਦੀ ਦੁਨੀਆ ਤੱਕ ਇਹ ਗੱਲ ਕਦੇ ਵੀ ਖਤਮ ਨਹੀਂ ਹੋਣੀ ਜੋ ਕੁਲਦੀਪ ਮਾਨਕ ਨੇ ਆਪਣੇ ਬਹੁਤ ਹੀ ਵੱਖਰੇ ਅੰਦਾਜ਼ ਦੇ ਵਿੱਚ ਮਾਵਾਂ ਦੀ ਸ਼ਲਾਘਾ ਕੀਤੀ ਹੈ ਕਿ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲੇ ਇੱਕ ਵਾਰ ਲਾਓ ਜੋ ਤਾੜੀਆਂ ਸਾਡੇ ਰੂਪਲਾਲ ਜੀ 100 ਰੁਪਏ ਉਹਨਾਂ ਨੇ ਮਾਨ ਭੇਜਿਆ ਹੈਲੋ ਮੈਂ ਕਿਵੇਂ ਭੁਲਾਵਾਂ ਪਿਆਰ ਤੇਰਾ ਮੈਂ ਕਿਵੇਂ ਭੁਲਾਵਾਂ ਜੋ ਵੀ ਹਾਂ ਇਸ ਦੁਨੀਆ ਤੇ ਇੱਕ ਤੇਰੇ ਕਰਕੇ ਹਾਂ ਹਰ ਜਨਮ ਨਹੀਂ ਤੇਰਾ ਦੇ ਸਕਦਾ ਮੈਂ ਤੇਰੇ ਅਹਿਸਾਨ
ਕਮੇਟੀ, ਡੇਰਾ ਬਾਬਾ ਰਾਣਾ ਭਾਣਾ ਜੀ ਪ੍ਰਬੰਧਕ ਕਮੇਟੀ, ਜਠੇਰੇ ਗੋਤ ਕਹਿੜੇ, ਕਿਉਂਕਿ ਇਹੋ ਜਿਹੇ ਗੀਤਕਾਰ ਜਾਂ ਸਾਹਿਤਕਾਰ ਨੇ ਜਿਹੜੇ ਵੱਡੇ ਵੱਡੇ ਇਨਕਲਾਬ ਕਰ ਦਿੰਦੇ ਆ। ਮਿਸਾਲ ਦੇ ਤੌਰ ਤੇ ਜਦੋਂ ਸੋਵੀਅਤ ਯੂਨੀਅਨ ਚ ਇਨਕਲਾਬ ਹੋਇਆ ਤਾਂ ਉੱਥੇ ਦੇ ਸਾਹਿਤਕਾਰ ਲਿਓ ਟੋਲਸਟਾਏ ਜਾਂ ਮੈਕਸਿਮ ਗੋਰਕੀ ਵਰਗੇ, ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀ। ਅੱਜ ਜੋ ਇਹ ਸਮਾਜ ਲਈ ਕਰ ਰਹੇ ਨੇ, ਆਉਣ ਵਾਲੀ ਸਮਾਜਿਕ ਤਬਦੀਲੀ ਵਿੱਚ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੋਣਾ, ਅਸੀਂ ਸ਼ਾਮਲ ਹੋ ਕੇ ਸਾਡਾ ਸਤਿਕਾਰ ਕਰ ਰਹੇ ਹਾਂ। ਸੋ ਕੀ ਸੁਣਨਾ ਮਾਰਾ ਔਰ ਮੇਲੇ ਦੀ ਸ਼ੁਰੂਆਤ ਕਰਨ ਵਾਲੇ ਉਹਨਾਂ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਲਓ। ਜਿਨ੍ਹਾਂ ਨੇ ਨਿੱਕਾ ਜਿਹਾ ਬੀਜ ਬੀਜਿਆ ਉਹ ਤੋਂ ਵੱਡਾ ਸਾਰਾ ਬੋਹੜ ਬਣ ਗਿਆ, ਉਹ ਸ਼੍ਰੀਮਾਨ ਸ਼੍ਰੀ ਜਗਿੰਦਰਪਾਲ ਜੀ, ਉਹਨਾਂ ਦਾ ਸਨਮਾਨ ਕਹਿੜੇ ਪਰਿਵਾਰ ਦੇ ਕਲਾਕਾਰ ਗੁਰਮੇਲ ਵੇਲੀ ਜੀ ਤੇ ਕਮੇਟੀ ਕਰ ਰਹੇ ਨੇ। ਇੱਕ ਵਾਰ ਜ਼ੋਰਦਾਰ ਤਾੜੀਆਂ। ਬਿਲਕੁਲ ਜੀ, ਮੈਂ ਮੌਜੂਦਾ ਪ੍ਰਬੰਧਕ ਕਮੇਟੀ ਚੋਂ ਚੇਅਰਮੈਨ ਹਰਦੀਪ ਕਹਿੜੇ ਜੀ, ਪ੍ਰਧਾਨ ਹਰਵਿੰਦਰ ਸਿੰਘ ਜੀ, ਵਾਈਸ ਪ੍ਰਧਾਨ ਨਿਸ਼ਪਾਲ ਕਹਿੜੇ, ਪਤੀ ਖਾਲਸਾ, ਸੈਕਟਰੀ ਬਾਲਾ ਰਾਮ, ਖਜਾਨਚੀ ਰੇਸ਼ਵਪਾਲ ਜੀ, ਔਰ ਮੈਂ ਨਾਲ ਪੂਰੀ ਸੰਗੀਤਕ ਪਰਿਵਾਰ ਵੱਲੋਂ ਮੌਜੂਦਾ ਪ੍ਰਬੰਧਕ ਕਮੇਟੀ ਨੂੰ ਮੈਂ ਤੇ ਮੰਚ ਸੰਚਾਲਕ ਕਾਲਾ ਜੀ ਜੰਡਿਆਲੇ ਵਾਲੇ ਉਹਨਾਂ ਦਾ ਜਿਹੜਾ ਸਨਮਾਨ ਹੈ ਪਰਮੇਸ਼ ਮਿਲੀ ਤੇ ਕਮੇਟੀ ਵੱਲੋਂ ਕੀਤਾ ਜਾ ਰਿਹਾ, ਜ਼ੋਰਦਾਰ ਤਾੜੀਆਂ ਜੀ। ਭਾਜੀ ਜੋ ਦੋ ਕੁ ਮਿੰਟ ਵਾਸਤੇ ਜਿਹੜਾ ਸਾਹ ਲਓ ਤਾੜੀਆਂ ਦੇ ਨਾਂ ਤੇ। ਰੇਸ਼ਮ ਜੀ, ਮੇਲੀ ਸਾਹਿਬ, ਮੇਲੀ ਸਾਹਿਬ ਜੀ ਇੱਥੇ ਖੜੇ ਹੋਏ, ਕਿਚਕਾਰਾ ਲਾਉਣਾ ਛੋਟਾ ਜਿਹਾ। ਅੱਛਾ, ਤੁਸੀਂ ਜਾਓ ਫਿਰ। ਛੋਟਾ ਜਿਹਾ ਚਕਾਰਾ ਲਾਉਣ ਜਾ ਰਹੇ ਹਾਂ ਸਾਰੇ ਦਾਨੀ ਵੀਰਾਂ ਦੇ ਨਾਂ ਤੇ, ਸਾਰਿਆਂ ਦੀ ਹਾਜ਼ਰੀ ਲਾਉਣੀ ਹੈ ਚਕਾਰੇ ਦੇ ਵਿੱਚ। ਮੈਂ ਬੋਲੋ
ਸੀ ਜਿਨ੍ਹਾਂ ਨੂੰ ਬਿੱਲੇ ਮਿਲੇ ਆ ਮਿਹਰਬਾਨੀ ਕਰਕੇ ਉਹ ਬਿੱਲੇ ਸਾਨੂੰ ਸਟੇਜ ਦੇ ਉੱਪਰ ਕਰ ਦੇਣ ਬਹੁਤ ਬਹੁਤ ਧੰਨਵਾਦ ਦੁਬਾਰਾ ਫਿਰ ਬੇਨਤੀ ਹੈ ਜਿੰਨੇ ਵੀ ਮੇਰੇ ਵੀਰ ਸੇਵਾਦਾਰ ਲੱਗੇ ਆ ਜਿਨ੍ਹਾਂ ਨੂੰ ਬਲੰਡੀਆਂ ਨੂੰ ਬਿੱਲੇ ਮਿਲੇ ਆ ਉਹ ਜਾਣ ਤੋਂ ਪਹਿਲਾਂ ਆਪਣੇ ਬਿੱਲੇ ਸਰਸਵਤੀ ਸਵਰ ਦੀਜੀਏ ਸਵਰ ਕੇ ਸਾਥ ਗਿਆ ਮੈਂ ਵੀ ਸੁਰ ਵੀ ਤਾਲੂ ਆਪ ਕਰੋ ਕੱਲਿਆ ਮੈਂ ਨੀਵਾ ਤੇ ਮੇਰਾ ਮੁਰਸ਼ਦ ਉੱਚਾ ਮੈਂ ਨੀਵਾ ਤੇ ਮੇਰਾ ਮੁਰਸ਼ਦ ਉੱਚਾ ਤੇ ਅਸੀਂ ਉੱਚਿਆਂ ਦੇ ਸੰਗ ਲਾਈ ਸਦਕੇ ਜਾਵਾਏ ਨਾ ਉੱਚਿਆਂ ਦੇ ਬਿਜਲੀ ਨੀਵਿਆਂ ਨਾਲ ਨਿਭਾਈ ਸੋ ਬਹੁਤ ਹੀ ਅੱਛਾ ਮਜੀਸ਼ਨ ਪ੍ਰਵਾਨ ਸਾਡੇ ਉਸਤਾਦ ਜੀ ਜੱਸਾ ਭਾਅ ਜੀ ਬਹੁਤ ਹੀ ਸ਼ੁਕਰਗੁਜ਼ਾਰ ਤੇਰੇ ਆਏ ਬਾਬਾ ਜੀ ਪਰ ਪਰ ਗੱਡੀਆਂ ਅਸੀਂ ਤਾਂ ਆਸਾਂ ਸਭ ਤੇਰੇ ਉੱਤੇ ਛੱਡੀਆਂ ਸੋ ਅੱਜ ਇਸ ਦਰਬਾਰ ਤੇ ਗੱਡੀਆਂ ਭਰ ਭਰ ਸੰਗਤਾਂਆਂ ਹੋਈਆਂ ਤੇ ਕੀ ਕਹਿਣਾ ਤਾਰੇ ਤੇਰੇ ਆਏ ਬਾਬਾ ਜੀ ਭਰ ਭਰ ਗੱਡੀਆਂ ਅਸੀਂ ਤਾਂ ਆਸਾਂ ਸਭ ਤੇਰੇ ਉੱਤੇ ਛੱਡੀਆਂ ਉੱਚੀ ਉੱਚੀ ਦਰਬਾਰ ਤੇ ਮੇਰਾ ਵਾਲੇ ਬਾਬਾ ਕਰੀ ਮੇਰੇ ਪਰਿਵਾਰ ਗਿਆ
ਸਤਸੰਗ ਜੀ ਮੈਂ ਕਿਉਂ ਨਹੀਂ ਡੋਲਦਾ ਪੁਰਾਣਾ ਪਾਣਾ ਦੇ ਗੁਲਾਮਾਂ ਵਿੱਚ ਨਾਮ ਬੋਲਦਾ 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 ਰੋਹਿਤ ਜੱਗੂ ਉਹ ਤੋਂ ਬਾਅਦ ਕਮਲ ਹੀਰ ਔਰ ਹਾਂਜੀ ਰਮਨ ਹੀਰ ਤੇ ਕਮਲ ਹੀਰ ਰਮਨ ਦਮਨ ਹੀਰ ਕਿਆ ਬਾਤ ਹੈ ਔਰ ਰਾਮ ਰਵਾਇਆ ਜੀ ਰਾਮ ਰਵਾਇਆ ਦੀਪਾ ਕੁਲਦੀਪ ਕੌਰ ਅੱਛਾ ਮੈਂ ਕਮੇਟੀ ਜੀ ਦਾ ਸਨਮਾਨ ਸਾਡੀ ਪ੍ਰਬੰਧਕ ਕਮੇਟੀ ਬਾਬਾ ਰਾਣਾ ਭਾਣਾ ਕਿਹੜੇ ਪਰਿਵਾਰ ਦੀ ਸਮੂਹ ਕਮੇਟੀ ਜੱਸੀ ਕਿੱਥੇ ਆ ਅਰੇ ਕਹਾਂ ਹੋ ਜੀ ਇੱਕ ਵਾਰ ਹਾਂਜੀ ਗੁਰਦਿਆਲ ਠੀਕ ਹੈ ਆ ਜਾਓ ਆ ਜਾਓ ਆ ਜਾਓ ਸਾਰੇ ਜਿੰਨੇ ਵੀ ਆ ਜੀ ਮੈਂ ਬਿਲਕੁਲ ਪਹਿਲਾਂ ਸਨਮਾਨ ਕਰ ਦੇਖੋ ਹੱਥੋਂ ਦੇ ਮੂਹਰੇ ਜੋੜਨੇ ਆ ਸਨਮਾਨ ਕਰਵਾ ਲਓ ਆਪਣਾ ਉਹ ਤੋਂ ਬਾਅਦ ਆਪਾਂ ਸਮੇਂ ਦੀ ਲਿਆਕਤ ਨੂੰ ਦੇਖਾਂਗੇ ਨਾ ਸਨਮਾਨ ਜ਼ਰੂਰ ਕਰਵਾ ਲਓ ਆ ਜਾ ਸਾਡੇ ਬਾਬਾ ਜੀ ਇੱਧਰ ਆਮ ਲੋ ਆਇਆ ਪੁਰਾਣੇ ਆਓ ਜਰਾ ਇੱਧਰ ਭਾਜੀ ਕਰ ਲਈ ਹੈ ਆ ਜਾਓ ਆ ਵੀਰ ਅਸਵਿੰਦਰ ਪਾਲ ਕਲੇਰ ਇਹਦਾ ਵੀ ਸਨਮਾਨ ਕਰ ਦਿਓ ਜੀ ਰੂਪ ਲਾਲ ਆ ਜਾਓ ਜੀ ਆ ਜਾ ਆਰ ਐਸ ਹਾਂ ਬਿਲਕੁਲ 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 ਆਰ ਐਸ ਬਾਬੂ ਆਰ ਐਸ ਬਾਬੂ ਕੋਟਲਾ ਬਹੁਤ ਅੱਛਾ ਸਿੰਗਰ ਹੈ ਹਾਂ ਬਿਲਕੁਲ ਲੈ ਇਹ ਕਿਸੇ ਨੂੰ ਘੱਟ ਹੈ ਅਸੀਂ ਟੂ ਇਨ ਵਨ ਹੈ ਬਿਲਕੁਲ ਗਾਵਾਂਗੇ ਹਾਂਜੀ ਪਤੀ ਖਾਲਸਾ ਵਾਲਿਆਂ ਦੀ ਟਰਾਲੀ ਤਿਆਰ ਹੈ ਪਤੀ ਖਾਲਸਾ ਵਾਲਿਆਂ ਦੀ ਗੱਡੀ ਤਿਆਰ ਹੈ ਨਾਲ ਹੀ ਜਗ੍ਹਾ ਕਮੇਟੀ ਹੁਣ ਲੱਗ ਗਿਆ ਕਮੇਟੀ ਸਰੋਧਾ ਰੱਜ ਆ ਜਾ ਵੀਰ ਤੂੰ ਵੀ ਪੰਮਾ ਭਾਈ ਇੱਧਰ ਪੰਮਾ ਭਾਈ ਆ ਗਿਆ ਜੀ ਬਾਅਦ ਚਲਾਉਂਦੇ ਹਾਂ ਨਾ ਆਪਾਂ ਪਹਿਲਾਂ ਮਿਲੇ ਆ ਬਿਲਕੁਲ ਪਹਿਲਾਂ ਸਨਮਾਨ ਕਰਦੇ ਨਾ ਨਾਲ ਹੀ ਜਿਹੜੇ ਕਾਰਜ ਨਿਬੜਦੇ ਆ ਉਹ ਵਧੀਆ ਸਾਡਾ ਤਾਂ ਆਧਾਰ ਵੀ ਚੱਲਦਾ ਰਹਿੰਦਾ ਸਾਡੇ ਖਾਤੇ ਚੱਲਦੇ ਰਹਿੰਦੇ ਆ ਬਹੁਤ ਮਾਰੀਆਂ ਦੋਨੇ ਇੱਕੋ ਜੁੜੀ ਹੈ ਹਾਂ ਸਰੂਪਾ ਦੇ ਦਿਓ ਜੀ ਠੀਕ ਹੈ ਹਾਂਜੀ ਆ ਗੁਰਦਿਆਲ ਸਿੰਘ ਜੀ ਨੂੰ ਦਿਓ ਜੀ ਨਸ਼ਾ ਸੱਤਾ ਜੀ ਤੁਸੀਂ ਕਿੱਥੇ ਚਲੇ ਗਏ ਸੀ ਆ ਸੱਤਾ ਜੀ ਦਾ ਵੀ ਦੇ ਦਿਓ ਜੀ ਆ ਸੱਤਾ ਆ ਤਾਂ ਤੁਹਾਡੀ ਜਿਹਦਾ ਜੋ ਕਮੇਟੀ ਕੁਛ ਹੈ ਚਲੋ ਪਾ ਦਿਓ ਇੱਧਰ ਦੇ ਦਿਓ ਜੀ ਨਹੀਂ 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 ਰਹਿ ਗਿਆ ਸੀ ਮੇਰੇ ਦਾ ਦੱਸੀ ਯਾਰ ਤੂੰ ਜਗ੍ਹਾ ਹੁਣੇ ਸਟਾਰ ਬਣ ਗਿਆ ਤੂੰ ਹਾਂ ਚਲੋ ਨਹੀਂ ਹੁਣ ਦਰਬਾਰ ਤੋਂ ਖਾਲੀ ਨਹੀਂ ਮੋੜਨਾ ਇਹੀ ਬਾਬੇ ਰਾਣੇ ਬਾਣੇ ਦੀ ਖੂਬੀ ਹੈ ਜਿਹੜੀ ਦੂਰ ਦਰਾਡਿਓ ਸੰਗਤ ਆਉਂਦੀ ਹੈ ਇਸ ਸਾਡੀ ਮੌਜੂਦਾ ਕਮੇਟੀ ਦੀ ਸੋਚ ਹੀ ਇਹ ਹੈ ਵੀ ਜਿੰਨੇ ਵੀ ਆਉਣ ਇਸ ਦਰ ਤੋਂ ਕੁਛ ਲੈ ਕੇ ਜਾਣ ਝੋਲੀਆਂ ਭਰ ਕੇ ਜਾਣ ਆ ਪੰਮੀ ਬਾਈ ਨੇ ਮਿੰਨਤਾਂ ਬੜੀਆਂ ਕਰਾਈਆਂ ਸੀ ਇਹਦੀ ਐਂਟਰੀ ਲਾ ਆ ਬਸ ਮੈਨੂੰ ਲੱਗਦਾ ਬਈ ਆ ਇਹ ਘਰੇ ਦਾ ਵੀਰ ਪਾਉਣ ਵਾਲਾ ਬਾਕੀਆਂ ਦੇ ਸਾਰੇ ਸਨਮਾਨ ਹੋ ਗਏ ਆ ਇੱਕ ਬੱਧੂ ਰਹਿੰਦਾ ਆਪਣਾ ਇਹ ਆਪਣਾ ਬਲਜਿੰਦਰ ਕੀ ਨਾਂ ਸੀ ਇਹਦਾ ਬਹੁਤ ਅੱਛੀ ਸਾਊਂਡ ਸਾਡੇ ਭਾਜੀ ਦੀ ਭਾਈ ਵੋਲਿਊਮ ਖੋਲ ਦਿਓ ਚੱਲ ਕਰ ਦਿਓ ਆਇਓ ਸੁਦਾ ਤਾਂ ਜਿਹੜੇ ਤਿੰਨ ਵਿੱਚ ਇੱਕ ਹਾਂਜੀ ਸਬਰ ਕਰਨਾ ਜੀ
ਲਾਸਟ ਹੈ ਜੀ ਉਸ ਤੋਂ ਬਾਅਦ ਅਖੀਵਾਂ ਦੇ ਜਾਜਕ